Good Choice Studio and Islamic Network. ਕੋਈ ਗੱਲ ਨਹੀਂ, ਉਹ ਕੋਈ ਗੱਲ ਇੰਜ ਦੀ ਹੁੰਦੀ ਹੈ ਜਿਹੜੀ ਕਹੀ, ਵਰਨਾ ਇੰਜ ਨਹੀਂ ਹੁੰਦਾ। ਨਹੀਂ ਨਹੀਂ ਇੰਜ ਨਹੀਂ ਹੁੰਦਾ, ਕੋਈ ਗੱਲ ਹੈ, ਉਹ ਕੋਈ ਇੰਜ ਦੀ ਗੱਲ ਹੁੰਦੀ ਹੈ ਜਿੱਥੇ ਦੇਖੋ ਉਲਮਾ ਦਾ ਕੰਮ ਹੈ ਮੇਰੇ ਬੱਚਿਓ, ਯਾਦ ਰੱਖੋ, ਵੇਖੋ ਅੱਲਾਹ ਸਲਾਮਤ, ਅੱਲਾਹ ਇੱਜ਼ਤ ਦੇ, ਅੱਲਾਹ ਇੱਜ਼ਤ ਦੇ। ਇਹ ਇਹ ਬਹੁਤ ਦੇਖੋ ਕਿੰਨੀ ਅੱਛੀ ਗੱਲ ਕੀਤੀ ਹੈ ਉਹਦੇ ਨਾਲੇ। ਫਿਰ ਨਾ ਹੋਰ ਅੱਛਾ, ਉਹ ਇਹ ਗੱਲ ਮੈਂ ਉਲਮਾ ਨੂੰ ਵੀ ਕਹਾਂਗਾ, ਵੈਸੇ ਕਦੀ ਕੋਈ ਗੱਲ ਹੋ ਜਾਏ ਨਾ, ਵੇਖੋ ਇਹ ਇਹ ਬੱਚੇ ਨੂੰ ਮੈਂ ਬੁਲਾ ਕੇ ਨਾ ਇਹਦੇ ਕੰਨ 'ਚ ਗੱਲ ਕਹੀ, ਇਹਨੂੰ ਪਤਾ ਮੈਨੂੰ ਪਤਾ, ਬਸ ਇਹਨੂੰ ਮੈਂ ਗੱਲ ਕਹੀ, ਮੈਨੂੰ ਮੈਂ ਕਿ ਬੱਚੇ ਇਸ ਤਰ੍ਹਾਂ ਕਰਨਾ। ਉਹਨਾਂ ਕਿਹਾ ਠੀਕ ਹੈ। ਉਲਮਾ ਨੂੰ ਵੀ ਚਾਹੀਦਾ ਕੋਈ ਗੱਲ ਹੋ ਜਾਏ ਤਾਂ ਇਸ ਤਰ੍ਹਾਂ ਦਾ ਰਵੱਈਆ ਨਹੀਂ ਅਪਣਾਉਣਾ ਚਾਹੀਦਾ ਕਿ ਮਹਿਫਿਲ 'ਚ ਨਾ ਧੜਮ ਧੜੁਮ ਹੋ ਜਾਏ। ਲੇਕਿਨ ਅਗਰ ਕੋਈ ਆਲਿਮ ਕਹਿ ਹੀ ਦੇਵੇ ਨਾ, ਤਾਂ ਨਾਤ ਖਾਨਾਂ ਨੂੰ ਵੀ ਚਾਹੀਦਾ ਕਿ ਉਸ ਟਾਈਮ ਥੋੜ੍ਹਾ ਜਿਹਾ ਬਰਦਾਸ਼ਤ ਕਰ ਜਾਣ, ਨਾ ਕਿ ਉਸ ਟਾਈਮ ਇੱਕਦਮ ਆਲਿਮ ਨੂੰ ਅੱਗੋਂ ਜਵਾਬ ਦੇਣਾ ਸ਼ੁਰੂ ਕਰ ਦੇਣ, ਖਸੂਸਨ ਜਿਹੜੇ ਨਾਲ ਆਉਂਦੇ ਨੇ। ਇਹ ਜਿਹੜੇ ਦੋ ਤਿੰਨ ਦਿਨ ਪਹਿਲੇ ਵਾਕਿਆ ਹੋਇਆ ਨਾ, ਨਾਤ ਖਾਨ ਐਡਾ ਨਹੀਂ ਬੋਲਿਆ, ਤੁਫੈਲ ਹੀ ਜ਼ਿਆਦਾ ਬੋਲਿਆ। ਇਹ ਠੀਕ ਨਹੀਂ ਗੱਲ, ਇਸ ਤਰ੍ਹਾਂ ਦਾ ਰਵੱਈਆ ਅੱਛਾ ਨਹੀਂ ਹੁੰਦਾ ਮਹਿਫਲਾਂ 'ਚ। ਇਹ ਜਿਹੜੇ ਲੋਕ ਵਿਚਾਰੇ ਖੁਰਮ ਭਾਈ, ਇਹ ਬੜੇ ਲੋਕ ਨਾ ਪਿਆਰ ਨਾਲ ਮਹਿਫਲਾਂ ਕਰਾਉਂਦੇ ਨੇ, ਫਿਰ ਇਹਨਾਂ ਦਾ ਦਿਲ ਬੜਾ ਟੁੱਟਦਾ ਹੈ ਕਿ ਯਾਰ ਇਹ ਆਪਸ 'ਚ ਕੀ ਕਰਦੇ ਨੇ। ਇਹ ਸਾਨੂੰ ਸਾਰਿਆਂ ਨੂੰ ਚਾਹੀਦਾ, ਉਲਮਾ ਨੂੰ ਵੀ, ਨਾਥਵਾਨਾਂ ਨੂੰ ਵੀ। ਇਹ ਸਾਡਾ ਸਾਰਿਆਂ ਦਾ ਰਵੱਈਆ ਹੋਣਾ ਚਾਹੀਦਾ ਕਿ ਅਵਲ ਤਾਂ ਉਲਮਾ ਖਿਆਲ ਕਰਨ, ਕੋਈ ਗੱਲ ਹੋ ਜਾਏ ਬੁਲਾ ਕੇ ਪਿਆਰ ਨਾਲ ਕੰਨ 'ਚ ਸਮਝਾ ਦੇਣ, ਔਰ ਅਗਰ ਗਲਤੀ ਉਹ ਕਰ ਹੀ ਬੈਠਣ ਅੱਗੋਂ ਨਾਥਵਾ ਚੁੱਪ ਕਰ ਜਾਵੇ। ਇਹ ਨਹੀਂ ਕਿ ਸਟੇਜ 'ਤੇ ਕੰਮ ਲੱਗ ਜਾਵੇ, ਇਹ ਕੋਈ ਅੱਛੀ ਤਰਬੀਅਤ ਨਹੀਂ। ਅੱਲਾਹ ਅਮਲ ਦੀ ਤੌਫੀਕ ਅਤਾ ਕਰੇ। ਇਹ ਕਲਿੱਪ ਅਗਰ ਰਿਕਾਰਡ ਕਰਦਾ ਨਾ ਤੂੰ, ਤਾਂ ਇਹ ਵਾਲਾ ਬੜਾ ਮੌਜੂ ਕਲਿੱਪ ਸੀ, ਹੁਣ ਤਾਂ ਹੋ ਗਈ, ਪਤਾ ਨਹੀਂ ਇਹਦੇ 'ਚ ਹੋਏ ਨਾ ਹੋਏ, ਚਲੋ ਬਾਅਦ 'ਚ ਇਹ ਕੱਟ ਕੇ ਇਮਰਾਨ ਭਾਈ ਅਲੱਗ ਤੋਂ ਇਹ ਵਾਲੀ ਚੀਜ਼ ਅਲੱਗ ਤੋਂ ਪਾਣੀ, ਤਾਂ ਕਿ ਇਹ ਜਿਹੜਾ ਮਾਹੌਲ ਬਣਿਆ ਨਾ ਉਹ ਮਾਹੌਲ ਸਹੀ ਹੋ ਜਾਏ। ਆਖਰੀ ਗੱਲ ਬਾਈ, ਕਿੱਥੇ ਪਹੁੰਚੇ ਸਾਂ? ਸੋਹਣਾ ਜਿਹੜਾ ਤੁਸੀਂ ਕਿਹਾ ਨਾ ਗੱਲ, ਉੱਥੋਂ ਆਈ ਸੀ ਅਸਲ 'ਚ, ਮੈਨੂੰ ਉਹ ਗਿਰਾ ਨਹੀਂ ਆਉਂਦੀ, ਕੁਛ ਮੈਂ ਕਰ ਲੈਂਦਾ। ਵੈਸੇ ਮੈਂ ਵੀ ਕਦੀ ਕਦੀ ਥੋੜ੍ਹਾ ਜਿਹਾ, ਕਦੀ ਕਦੀ ਖਤੀਬ ਵੀ ਬੜੇ ਉਹ ਕਦੀ ਕਦੀ ਬੜਾ ਉੱਤੇ ਜਾਂਦੇ ਨੇ ਨਾ, ਉਹ ਬੜਾ ਉੱਤੇ ਜਾਂਦੇ ਨੇ, ਲੇਕਿਨ ਉਹ ਆਪਣਾ ਆਪਣਾ ਹੁੰਦਾ, ਮੇਰੇ ਕੋਲ ਇੰਨਾ ਨਹੀਂ ਹੁੰਦਾ, ਥੋੜ੍ਹਾ ਬਹੁਤ ਕਰ ਲੈਣਾ ਮੈਂ। ਹੈਂ ਹਾਂਜੀ, ਆਪਦੀ ਮੁਹੱਬਤ ਇੱਕ ਵਾਰੀ ਕਹਿ ਦਿਓ, ਸੁਭਾਨ ਅੱਲਾਹ। ਅਤੇ ਇਸ ਵਾਸਤੇ ਆਪਣੇ ਨਬੀ ਨਾਲ ਕਰੋ ਪਿਆਰ, ਦੇਖੋ ਸੋਹਣੀ ਸ਼ੈ ਨਾਲ ਪਿਆਰ ਹੁੰਦਾ, ਸੋਹਣੀ ਸ਼ੈ ਨਾਲ, ਅਤੇ ਕਾਇਨਾਤ ਵਿੱਚ ਮੇਰੇ ਨਬੀ ਤੋਂ ਜ਼ਿਆਦਾ ਸੋਹਣਾ, ਲਿਹਾਜ਼ਾ ਰੱਜ ਕੇ ਪਿਆਰ ਕਰੋ ਆਪਣੇ ਨਬੀ ਨਾਲ, ਬਗੈਰ ਪੁੱਛਿਆ, ਦਲੀਲ ਦੇ ਬਗੈਰ ਅੰਗੂਠੇ ਚੁੰਮੋ। ਕਿੱਥੇ ਲਿਖਿਆ? ਨਹੀਂ ਲਿਖਿਆ ਕਿਤੇ, ਅਸਾਂ ਬਗੈਰ ਦਲੀਲ ਦੇ ਅੰਗੂਠੇ ਚੁੰਮਣੇ ਨੇ, ਬਗੈਰ ਦਲੀਲ ਦੇ ਮਿਲਾਦ ਮਨਾਓ। ਯਾਰ ਪਿਆਰ ਮੁਹਤਾਜ ਨਹੀਂ ਹੁੰਦਾ ਦਲੀਲਾਂ ਦਾ, ਪਿਆਰ ਮੁਹਤਾਜ ਹਜ਼ੂਰ ਤੋਂ ਜ਼ਿਆਦਾ ਸੋਹਣਾ ਕੋਈ ਹੈ ਹੀ ਨਹੀਂ, ਲਿਹਾਜ਼ਾ ਅਸਾਂ ਹਜ਼ੂਰ ਨਾਲ ਮੁਹੱਬਤ ਕਰਨੀ। ਅੰਨੇ ਵਾਹ, ਮੇਰੇ ਬਾਬਾ ਜੀ ਅਮੀਰੁਲ ਮੁਜਾਹਿਦੀਨ ਫਰਮਾਉਂਦੇ ਹੁੰਦੇ ਸੀ, ਨਬੀ ਨਾਲ ਪਿਆਰ ਕਰਨਾ ਤੇ ਅੰਨੇ ਵਾਹ ਕਰਨਾ। ਅੰਨੇ ਵਾਹ ਦਾ ਮਤਲਬ ਹੁੰਦਾ ਉਸ ਦਲੀਲ ਦੀ ਲੋੜ। ਜਿਹੜਾ ਬੰਦਾ ਕਵੇ ਨਾ ਜੀ ਦਲੀਲ ਕਿਆ, ਉਹਨੂੰ ਕਿਹਾ ਦਲੀਲਾਂ ਤੂੰ ਲੱਭ, ਤੂੰ ਮੁਹਤਾਜ ਹੈ ਦਲੀਲਾਂ ਦਾ, ਸਾਨੂੰ ਇੰਨਾ ਪਤਾ ਉਹ ਇੱਡਾ ਆਲੀਸ਼ਾਨ ਨਬੀ, ਉਹਦੇ ਨਾਲ ਪਿਆਰ ਕਰਨ ਵਾਸਤੇ ਕਿਸੇ ਦਲੀਲ ਦੀ ਲੋੜ। ਬਸ ਇਹ ਮੇਰਾ ਮੌਜੂ ਸੀ, ਆਪਣੇ ਅਕੀਦੇ ਨੂੰ ਮਜ਼ਬੂਤ ਰੱਖੋ, ਫਿਤਨਿਆਂ ਦਾ ਦੌਰ ਹੈ ਅੱਜ ਕੱਲ੍ਹ, ਹਰ ਬੰਦਾ ਅੱਜ ਕੱਲ੍ਹ ਆਪਣਾ ਨੈੱਟ 'ਤੇ ਦੀਨ ਬਿਆਨ ਕਰ ਰਿਹਾ, ਮਿਰਜ਼ਾ ਜੇਲਮੀ ਵਰਗੇ ਆਪਣੇ ਕਲਿੱਪ ਬਿਆਨ ਕਰਕੇ ਦੀਨ ਦੱਸ ਰਹੇ ਨੇ, ਨਾ ਕਿਸੇ ਪਿੱਛੇ ਜਾਓ, 5 ਮਿੰਟ ਦਾ ਕਲਿੱਪ ਸੁਣ ਕੇ ਰਫਾ ਦੇਣ ਨਾ ਸ਼ੁਰੂ ਕਰ ਦਿਓ। 5 ਮਿੰਟ 'ਚ ਅਕੀਦਾ ਨਹੀਂ ਬਣਦਾ, ਕਬਾੜਾ ਬਣਦਾ, 5 ਮਿੰਟ 'ਚ ਅਕੀਦਾ ਕਬਾੜਾ ਬਣਦਾ। ਆਪਣੇ ਅਕੀਦੇ ਖਰਾਬ ਮਤ ਕਰੋ, ਆਪਣੇ ਪਿਓ ਦਾਦੇ ਦੇ ਦੀਨ 'ਤੇ ਰਹੋ, ਅੱਲਾਹ ਤਾਲਾ ਅਮਲ ਦੀ ਤੌਫੀਕ ਅਦਾ ਕਰੇ। ਵਾਖਿਰ ਦਾਵਾਨ, ਬਹੁਤ ਨਾਥਵਾ ਬੈਠੇ ਨੇ ਉਹਨਾਂ ਨਾਲ ਸਾਰਿਆਂ। ਅੱਛਾ ਜੀ, ਪਸ਼ਤੋ ਦੇ ਕਹਿੰਦੇ ਨੇ, ਇਹ ਨੌਜਵਾਨ ਵੀ ਕਹਿੰਦਾ ਮਾਸ਼ਾਅੱਲਾ, 2 ਸ਼ੇਰ ਕਹਿੰਦੇ ਪੜ੍ਹ ਦਿਓ। ਮੈਂ ਆਖਣਾ ਮੇਰਾ ਨਬੀ, ਤੁਸੀਂ ਆਖਣਾ ਸੁਲਤਾਨ ਹੈ, ਮੇਰਾ ਨਬੀ। ਚਲੋ ਬਸ ਚੁੱਪ ਰਹੋ, ਫਿਰ ਮੈਂ ਆਪ ਹੀ ਕਹਿ ਲਾਂ, ਇੱਕ ਲਫ਼ਜ਼ ਦੇ ਬੋਲਣਾ ਯਾਰ, ਤੁਸੀਂ ਮੇਰਾ ਨਬੀ, ਮੇਰਾ ਨਬੀ, ਇਹ ਤੁਸਾਂ ਕਹਿਣਾ, ਬਾਕੀ ਤਾਂ ਪਖਤੂ ਨਹੀਂ ਲੱਗਦਾ, ਤੇ ਪਠਾਣ ਹੈ ਚਿਹਰੇ ਤੋਂ ਯਾਰ, ਬਸ ਤੁਸਾਂ ਸੁਲਤਾਨ ਹੈ ਕਹਿਣਾ, ਬਾਕੀ ਕੰਮ ਮੈਂ ਆਪ ਕਰ ਲਾਂਗਾ। ਸਰਵਰੇ ਜ਼ੇਬਾਦੇ, ਸਰਵਰੇ ਜ਼ੇਬਾਦੇ, ਮਾਲੋ ਸਰਵੇ ਤੇ ਕੁਰਬਾਨ ਦੇ, ਵਾ 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 ਵਾ, ਸੁਮਰਖ ਇਸਤਾ ਨਬੀ ਸੁਲਤਾਨ ਦੇ ਬਈ, ਵਾ ਵਾ ਸੁਮਰਖ ਇਸਤਾ ਨਬੀ ਸੁਲਤਾਨ ਦੇ। ਤਰਜਮਾ, ਮੇਰਾ ਘਰ ਔਲਾ ਦੁਰ ਜਾ, ਮੇਰਾ ਘਰ ਔਲਾ ਦੁਰ ਜਾ, ਘਰ ਵੀ ਔਲਾ, ਬਿਲਾਵਲ ਤਵਜੋ, ਘਰ ਵੀ ਔਲਾਦ ਵੀ ਤੇ ਜਾਨ ਵੀ, ਕਹਿੰਦਾ ਹਰ ਕੋਈ ਹੈ ਜਿਹਨੇ ਕਰਕੇ ਵਿਖਾਇਆ ਉਹਨੂੰ ਬਾਬਾ ਖਾਦਿਮ ਰਿਜ਼ਵੀ ਆਉਂਦੇ, ਘਰ ਵੀ ਔਲਾਦ ਵੀ ਤੇ ਜਾਨ ਵੀ। ਲੱਭੇ
لبیک 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 یا تاجدار ختم نبوت. میرا گھر اولاد اور جان سب آپ پر قربان ہے، مرحبا کتنا ہنسی میرا نبی میرا نبی، نہیں چاسائی میرا نبی. ترجمہ اماں عائشہ کے ہاتھ سے جس وقت سوئی کھو گئی. امی عائشہ دا نام لیا میں، اے پکا چلاؤ جی، امی عائشہ دا نام لیا. او نہیں سمجھے تسی، او امی عائشہ دا نام لیا، مجمع رافضیاں دا نہیں مجمع سنیاں دا. پتا لگے امی دا نام سن کے سنی کیویں سبحان اللہ کہندا ہے. امی عائشہ، توجہ توجہ، ٹھیک ہے بعد لا لینا، ہوں ایک منٹ رک جاؤ، بس آخری شیر سن لو پھر لا لینے. توجہ، واہ میرے مولا واہ سبحان اللہ. لائٹ آئی ہے تو پتا لگا لائٹ کی ہوتی ہے. آخر امی جان دا نام لیا، لائٹ تے آنی سی. اماں عائشہ کے ہاتھ سے جس وقت سوئی، واپڈا دی بتی آ گئی تہاڈی چلی گئی، تسی سارے کھو گئے. او توجہ، امی عائشہ کے ہاتھ سے جس وقت سوئی، پھر مسکرائے آپ تو ہر چیز روشن، ارے چہرہ رسول ہے، چہرہ رسول ہے یا چوہدری کا چاند ہے. واہ 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 واہ، سمرخ ایستا نبی سلطان دے، بولو سبحان اللہ. آخری شیر، آخری. مصر دیا عورتاں حضرت یوسف نو ویکھیا، اپنی انگلاں کٹ لیاں، تے جے میرے حضور نو ویکھ لیندیاں پھر کی کردیاں؟ سنو سنو، خزو چی یوسف لی دو کتی کھڑی کلاما. سمجھ دی آ گئی ہونی، وایا کنا سبحان اللہ. خزو چی یوسف لی دو کتی کھڑی کلاما، دکئی لی دلے وے سرور عالم، سرور عالم. ترجمہ، انگلیاں کاٹی جنہوں نے حسن یوسف دیکھ کر، دیکھ لیتی آنکھ سے میرے نبی کو، اگر تو پھیر لیتی دل پہ، پھیر لیتی دل پہ چھریاں، یہ میرا ایمان ہے. سارے چپ کر جاؤ، وہ جڑے کھڑے ہو تے جڑے باہر ہو، تسی کہنا سلطان ہے، اے سارے چپ نے. مرحبا کتنا ہنسی میرا نبی، او باہر والے رہ گئے، میرا نبی. ہن تسی بولنا، میرا نبی میرا نبی سلطان ہے.